ਮਹਿਮਾਨ ਹੈ ਗੁਜਰਾਂ ਨੇ ਤਾਂ ਤੇਰਾ ਕਲੈਮ ਵੱਡੀ ਹੋ ਗਈ। ਨਵੀਂ ਤੁਹਾਡੀ ਨਾ ਮਸ਼ੀਨ ਦਾ ਪਖਾ ਠੀਕ ਨਹੀਂ, ਧਾਗਾ ਖਿੱਚਣ ਦਈ ਆ। ਇਹ ਕੌਣ ਹੈ? ਅਸੀਂ ਇੱਥੇ ਰੈਂਟ ਤੇ ਦਿੰਦੇ, ਰੈਂਟ ਤੇ। ਰੈਂਟ ਤੇ ਕੀ ਦਿੰਦੇ ਹੋ? ਇਹ ਨਹੀਂ ਯਕੀਨ ਹੈ ਜਾਂ ਸਾਡੇ ਡਰਾਈਵਰ ਕੋਲ ਪੁੱਛ ਲਓ। ਫੈਸਲਾਬਾਦ ਤੂੰ ਜਾਣਦੀ ਨੀ, 15 ਮਿੰਟ ਖਲੋ ਜਾ ਤੇ ਪਤਾ ਲੱਗ ਜਾਣਾ। ਫੈਸਲਾਬਾਦ ਬਸ ਨਸੀਹਤ ਯਾਦ ਰੱਖੀ ਤੂੰ ਇੱਕ ਇੱਕ ਦਿਨ ਨੇ ਬਹਿ ਕੇ ਸ਼ਰਾਬ ਨੀ ਪੀਣੀ, ਕਿਉਂਕਿ ਸ਼ਰਾਬ ਪੀ ਕੇ ਰੋਂਦੇ ਬਹੁਤ ਆ। 15,000 ਲੈਣਾ, ਰੋਕ 30 ਲੈ ਜਾਂਦੇ ਆ। ਕੁੜੀ ਨਾਲੇ ਕੰਮ ਕਰਾਉਣ ਨਹੀਂ ਤੇ ਨਾਲੇ ਆਉਂਦਾ ਨਹੀਂ, ਕਰੋ ਕੰਮ ਆ ਜਾ ਕੇ ਪੈ। ਸਹੀ ਕਹਿ ਰਿਹਾ, ਤੈਨੂੰ ਤਾਂ ਪਤਾ ਤੇਰੀਆਂ ਧੀਆਂ ਭੈਣਾਂ ਜਵਾਨ ਹੈਗੀਆਂ। ਸਾਰੀ ਗੱਲ ਆ ਗਈ ਇਹ, ਇਹਨਾਂ ਕੋਲ ਚੈੱਕ ਨਹੀਂ ਲੈਣਾ। ਉਹ ਕਿਉਂ? ਕਿਉਂਕਿ ਇਹਨਾਂ ਨੇ ਤੈਨੂੰ ਚੈੱਕ ਉਹ ਦੇਣਾ ਜਿਹੜਾ ਅਸੀਂ ਬੈਂਕ ਬਣਨਾ ਹੈ। ਹੁਣ ਫੈਸਲਾਬਾਦ ਦੀ ਇੱਕ ਗੱਲ ਬੜੀ ਮਸ਼ਹੂਰ ਆ, ਵਿੱਚ ਬਹਿ ਮੈਂ 2 ਮਿੰਟ 'ਚ ਆਇਆ। ਮਾਸੂਮ ਲੋਕ ਆ, ਇਹ ਤਾਂ ਨੈਟ ਤੇ ਕੁੜੀ ਲਿਆਉਣ ਸਾਡਾ, ਤੁਸੀਂ ਇਹ ਪੁੱਛਦੇ ਰਹਿੰਦੇ ਆ ਜਿਹੜਾ ਕੰਮ ਕਰਦੀ ਕੁਝ ਬਚਦਾ ਵੀ ਹੈ, ਗੱਲਾਂ ਹੀ ਬਣੀਆਂ। ਤੇ ਕੁੜੀ ਰੋ ਕੇ ਕਹਿੰਦੀ ਕੁਝ ਬਚਦਾ ਹੁੰਦਾ, ਸਾਡਾ ਪਿਓ ਰਿਕਸ਼ਾ ਹੀ ਚਲਾਉਂਦਾ। ਕੀ ਬੈਣ ਪੇਸ਼ ਕੀਤੀ? ਉਹ ਜਿਹੜੀ ਕੁੜੀ ਲੈ ਕੇ ਗਿਆ ਉਹ ਸ਼ਰਾਬ ਪੀ ਕੇ ਮੇਰੇ ਪਿਓ ਨੂੰ ਮਾਵਾਂ ਬਹਿਣ ਦੀ ਗਾਲ ਕੱਢਦੀ ਰਹੀ। ਸ਼ਰਾਬ ਤੋਂ ਬਣਾਈ ਆ, ਉਹ ਕਹਿੰਦੀ ਮੈਂ ਉੱਠਦੀ ਪੀਨੀ ਆ, ਉਹ ਬਗੈਰਤਾ ਮੇਰੀ ਉਹ ਨਾਨੀ ਦੇ ਡੇਢ ਤੇ ਉਲਟੀਆਂ ਕਰ ਰਹੀ ਹੈ। ਤੈਨੂੰ ਹਜ਼ਾਰ ਕੋਈ ਨੀ, ਕਿਹੜੀ ਬੱਚੀ ਦੇ ਦਿੱਤੀ? ਉਹ ਤੁਹਾਨੂੰ ਇੱਥੇ ਹੀ ਸ਼ੁਰੂ ਹੋਈ ਸੀ ਬੱਚੀ? ਆ ਆਈ ਆ ਰੀਤ ਬਾਦ ਦਾ ਸਿੱਧਾ ਹੋ। ਅੱਛਾ ਜੀ, ਉਹ ਬੇਟੇ ਨੂੰ ਤੁਸੀਂ ਕਿਹੜੇ ਪਾਸੇ? ਅਸਲ ਵਿੱਚ ਨਾ ਮੇਰਾ ਜਿਹੜਾ ਛੋਟਾ ਵਿਆਹ ਉਹਦੇ ਘਰ ਮੁੰਡਾ ਹੋਇਆ ਜੀ, ਤੇ ਉਹਦੇ ਨੂੰ ਉਹਨੂੰ ਮੁਸਲਮਾਨ ਕੀਤਾ ਜੀ। ਤੇ ਉਹਦੀ ਖੁਸ਼ੀ ਤੇ ਫੰਕਸ਼ਨ ਵਾਸਤੇ ਇਹਨਾਂ ਕੋਲੋਂ ਬੱਚੀ ਲੈ ਕੇ ਗਿਆ ਸਾਂ, ਉਹ ਟੁੰਨ ਪ੍ਰੋਗਰਾਮ ਸੀ। ਮਿਲੇਗਾ ਇਹਨੂੰ ਵਜਾਉਂਦਾ ਵੀ ਮਿਲੇਗਾ।
ਜੀ ਆਪਕੋ ਮੈਨੇ ਕਭੀ ਯਹਾਂ ਦੇਖਾ ਨਹੀਂ, ਆਪ ਆਪਣਾ ਤਾਰਫ ਕਰਾਇਆ, ਆਪ ਕੌਣ ਹੈ? ਦੇਖੇ ਮੈਂ ਯਹਾਂ ਪੇ ਸ਼ਾਦੀ ਕਰਨੇ ਕੇ ਲਿਏ ਆਈ ਹੂੰ। ਓ ਵੈਰੀ ਨਾਈਸ, ਖੂਬਸੂਰਤ ਸਾ ਸੀਨ ਸਾ ਲੜਕਾ, ਇੰਜ ਕਰਕੇ ਉਹਦੀ ਛਾਤੀ ਐ। ਓਏ ਮੈਂ ਸਦਕੇ ਜਾਵਾਂ, ਇਸ ਤੋਂ ਅੱਗੇ ਕਾਥੀ ਗਈ ਯਕੀਨ ਕਰ। ਨਸੀਬਾਂ ਵਾਲੀਆਂ ਸਲੂਣਾ ਖਾਮਦ ਲੈ ਜਾ ਜਾ ਐਸ਼ ਕਰ ਨਮਕੀਨ। ਪੈਸੇ ਹੈ ਆਪਣੇ ਪਾਸ? ਪੈਸੇ ਦੀ ਤਾਂ ਟੈਨਸ਼ਨ ਨਹੀਂ ਕੋਈ, ਜਦੋਂ ਹੈ ਹੀ ਨਹੀਂ ਤਾਂ ਟੈਨਸ਼ਨ ਕਾ ਲਈ। ਇਹ ਤੇ ਹੁਣ ਤਾਂ ਗੱਲ ਕਰਨਾ ਵੀ ਕੋਈ ਹੋਰ ਨਾ ਲਵੇ। ਗੱਲ ਕਰਨਾ ਸਹੀ ਹਰਾਮ ਦੀ ਆ ਕਰਤਾ ਕਮੀਨਿਆ। ਇਹ ਬੱਚੀਆਂ ਦਿੰਦੇ ਨੇ, ਇਹ ਆਪ ਹੀ ਦਿੰਦੇ, ਆਪ ਹੀ ਦਿੰਦੇ ਆ ਇਹਨਾਂ ਨੇ ਜੀ। ਆਪਣੀਆਂ ਵੀ ਪਲਾਨ ਮੈਂ ਤਾਂ ਸਮਝਿਆ ਠੇਡ ਤੇਰਾ ਬਿਮਾਰੀ ਦੀ ਵਜ੍ਹਾ ਤੋਂ ਬਥੇ ਮਸਲਾ ਤੇ ਹੋਣਾ। ਹੁਕਮ ਕਰੋ ਪੂਰੀਆਂ ਕਰ ਸਕੇ ਤੇ ਠੀਕ ਹੈ, ਨਹੀਂ ਤੇ ਰੈਂਟ ਤੇ ਲੈ ਜਾਵਾਂਗੇ। ਇਹਨਾਂ ਕੋਲ ਹੋਊਗੀ, ਤੁਸੀਂ ਮੇਰੇ ਘਰ ਨਵੇਂ ਨਵੇਂ ਆਏ ਹੋ, ਮੈਂ ਅੱਗੇ ਇਹਨਾਂ ਕੋਲ ਦੋ ਵਾਰੀ ਲੈ ਕੇ ਇੱਕ ਵਾਰੀ ਤੇ ਮੈਨੂੰ ਖੁਸਰਾ ਮਾਰਤਾ ਜੀ। ਉਹਨੂੰ ਮੈਂ ਕਿਹਾ ਸਿੱਧਾ ਉਹ ਮੈਨੂੰ ਕਹਿੰਦਾ ਭੈਣ ਤੂੰ ਉਹ ਲੈ। ਤੂੰ ਧਿਆਨ ਨਾ ਚਲਾ, ਤੇਰੀ ਮਿਹਰਬਾਨੀ। ਉਹ ਵੀ ਪਰੇਸ਼ਾਨ ਹੈ, ਮੈਂ ਇਕੱਲਾ ਹੀ ਬੈਠਾ, ਡਰ ਹੀ ਨਾ ਜਾਵਾਂ। ਘਰ ਜਾਣਾ ਠੀਕ ਹੈ, ਰੋਟੀ ਪਾਣੀ ਖਵਾਉਣਾ ਹੀ ਜੀ, ਤੂੰ ਆਪ ਕਰਨਾ। ਉਧਰ ਚੱਲੋ, ਸਵੇਰੇ ਕਚਹਿਰੀ ਬਿਆਨ ਆ ਉਹਨਾਂ ਦੇ। ਨਹੀਂ ਯਕੀਨ ਫਰਕ ਸ਼ੇਰ ਆਪਣੇ ਘਰ ਲੈ ਕੇ ਮਨੂਸ ਔਰਤ ਦੇ ਨਾਲ ਯਕੀਨ ਹੈ, ਕਿਸ ਇਨਸਾਨ ਨਾਲ ਗੁਜ਼ਾਰਾ ਕਰ ਰਹੀ ਹੈ? ਉਡਾਈ ਜਾ ਉਡਾਈ ਜਾ ਉਡਾਈ ਜਾ, ਲਵੀ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ, ਉਡਾਈ ਜਾ ਉਡਾਈ ਜਾ ਉਡਾਈ ਜਾ, ਅੱਜ ਤੇਰੇ ਹੱਥ ਨਾਲ ਮੇਰਾ ਲੱਗਣਾ ਨੀ ਜ਼ੋਰ, ਅੱਜ ਤੁਣਕੇ ਤੇ ਤੁਣਕਾ ਲਾਈ ਜਾ, ਤੂੰ ਪੈਣਾ ਨਚਾਈ ਜਾ। ਮੇਰੇ ਨਾਲ ਧੋਖਾ ਕੀਤਾ, ਮੈਂ ਥਾਣੇ ਰਿਪੋਰਟ ਕਰਨੀ ਹੈ ਤੁਹਾਡੇ ਕੋਲ, ਬਗੈਰ ਤਾਂ ਉਹਨਾਂ ਨੂੰ ਮੈਂ ਕਹਿਣਾ ਲਿਖੋ ਕਿ ਇਹਨਾਂ ਨੂੰ ਕੰਜਰ ਪੁਣਾ ਵੀ ਨਹੀਂ ਆਉਂਦਾ ਇਹ ਬਗੈਰ।
ਨਹੀਂ ਜੀ ਮੇਰੇ ਕੋਲ ਇੰਨਾ ਵਕਤ ਨਹੀਂ, ਤੂੰ ਇਹਦੇ ਵਿੱਚੋਂ ਪੈਦਾ ਹੋਣਾ, ਚੁੱਪ ਰਹਿ ਤੂੰ।